ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਉੱਤੇ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਵੀਂ ਭਰਤੀ ਦੇ ਬਾਰੇ, ਜਿਹੜੀ ਨਿਊ ਵੈਕੈਂਸੀਜ਼ ਆਈਆਂ ਉਹਦੇ ਲਈ ਕਿੱਦਾਂ ਤੁਸੀਂ ਅਪਲਾਈ ਕਰਨਾ, ਐਲੀਜੀਬਿਲਟੀ ਇਹਨਾਂ ਨੇ ਕੀ ਦੱਸੀ ਹੋਈ ਹੈ, ਸਾਰਾ ਮੈਂ ਤੁਹਾਨੂੰ ਡਿਟੇਲ 'ਚ ਦੱਸਾਂਗੀ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਤੁਸੀਂ ਚਾਹੁੰਦੇ ਹੋ ਹਰ ਰਿਕਰੂਟਮੈਂਟ ਦੀ ਜਾਣਕਾਰੀ ਪੰਜਾਬ ਦੀ, ਚਾਹੇ ਉਹ ਪ੍ਰਾਈਵੇਟ ਜੋਬ ਹੋਣ ਚਾਹੇ ਗਵਰਨਮੈਂਟ ਜੋਬ ਹੋਣ, ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਜਾਵੇ, ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਦੇ ਨਾਲ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਹੀ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਤਾਂ ਚਲੋ ਬਿਨਾਂ ਟਾਈਮ ਵੇਸਟ ਕੀਤੇ ਗੱਲ ਕਰਾਂਗੇ ਨਿਊ ਰਿਕਰੂਟਮੈਂਟ ਜਿਹੜੀ ਪੰਜਾਬ ਦੇ ਵਿੱਚ ਆਈ ਆ, ਕਿਹੜੇ ਡਿਪਾਰਟਮੈਂਟ ਦੀ ਆ, ਕਿੱਦਾਂ ਜਿਹੜੀ ਤੁਸੀਂ ਅਪਲਾਈ ਕਰ ਲੈਣਾ ਆ। ਔਰ ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਪੰਜਾਬ ਦੇ ਵਿੱਚ 4-5 ਨਵੇਂ ਨੋਟੀਫਿਕੇਸ਼ਨ ਜਿਹੜੇ ਆਏ ਹੋਏ ਆ, ਉਹ ਮੈਂ ਆਪਣੇ ਦੂਜੇ ਚੈਨਲ 'ਤੇ ਅਪਡੇਟ ਕਰਦੇ ਆ ਵੀਡੀਓਜ਼। ਸਾਡੇ ਦੂਜੇ ਚੈਨਲ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਜਾਂ ਹੋਮ ਪੇਜ 'ਤੇ ਤੁਸੀਂ ਦੇਖ ਪਾਓਗੇ ਪੰਜਾਬ ਜੀਓਵਿਟੀ ਜੋਬਸ ਚੈਨਲ, ਇਹ ਨਾਮ ਆ ਚੈਨਲ ਦਾ, ਠੀਕ ਹੈ। ਉੱਥੇ ਲਿਖਿਆ ਹੋਇਆ ਪੰਜਾਬ ਜੀਓਵਿਟੀ ਜੋਬਸ ਚੈਨਲ, ਉੱਥੇ ਤੁਹਾਨੂੰ ਆਈਕਨ ਦਿਖੇਗਾ ਜਿਹੜਾ ਹੋਮ ਪੇਜ 'ਤੇ, ਔਰ ਉਹ ਟਰਬਨ ਵਾਲੀ ਫੋਟੋ ਲੱਗੀ ਹੋਈ ਆ ਹਰਮਨ ਸਰ ਦੀ, ਠੀਕ ਹੈ। ਉਸ ਚੈਨਲ 'ਤੇ ਜਾ ਕੇ ਤੁਸੀਂ ਵੈਕੈਂਸੀ ਜ਼ਰੂਰ ਚੈੱਕ ਕਰਨਾ, ਔਰ ਉਸ ਚੈਨਲ ਨੂੰ ਵੀ ਜਲਦੀ ਤੋਂ ਜਲਦੀ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਕਿ ਪੰਜਾਬ ਦੀ ਜਿਹੜੀ ਵੀ ਵੈਕੈਂਸੀਜ਼ ਆ ਰਹੀਆਂ ਤੁਸੀਂ ਉਹਨਾਂ ਨੂੰ ਮਿਸ ਨਾ ਕਰੋ, ਠੀਕ ਹੈ। ਆਪਾਂ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ, ਜਿਹੜੀ ਕਿ ਸਿੱਧੀ ਭਰਤੀ ਹੈ, ਇਹਦੇ ਵਿੱਚ ਤੁਹਾਡਾ ਕੋਈ ਵੀ ਇਗਜ਼ਾਮ ਨਹੀਂ ਹੋਵੇਗਾ, ਸਿੱਧਾ ਮੈਂ ਤੁਹਾਨੂੰ ਨੋਟੀਫਿਕੇਸ਼ਨ 'ਤੇ ਲੈ ਚੱਲਦੀ ਹਾਂ। ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸ ਦਿੰਦੀ, ਇਹਦੇ ਵਿੱਚ ਪੋਸਟ ਕਿਹੜੀ ਕਿਹੜੀ ਆਊਟ ਹੋਈ ਆ। ਇਹਦੇ 'ਚ ਪੋਸਟ ਆਊਟ ਹੋਈ ਆ ਫਾਈਨੈਂਸ ਮੈਨੇਜਰ ਦੀ, 1,00,000 ਤੁਹਾਡੀ ਪਰ ਮਹੀਨਾ ਸੈਲਰੀ ਰਹੇਗੀ। ਆਖਰੀ ਤਰੀਕ ਜਿਹੜੀ ਅਪਲਾਈ ਕਰਨ ਦੀ ਹੈਗੀ ਆ, ਉਹ ਸ਼ਾਮ ਨੂੰ 5 ਵਜੇ ਤੱਕ ਤੁਸੀਂ ਅਪਲਾਈ ਕਰ ਲੈਣਾ, 12 ਮਾਰਚ 2020 ਨੂੰ, ਠੀਕ ਹੈ। ਔਰ ਬਾਕੀ ਡਿਟੇਲ ਜਿਹੜੀ ਰਿਕਰੂਟਮੈਂਟ ਦੀ ਆ, ਯਾਨੀ ਕਿ ਐਪਲੀਕੇਸ਼ਨ ਦੀ ਫੀਸ ਤਾਂ ਇਹਦੇ ਵਿੱਚ ਦੇਖੋ ਨਹੀਂ ਹੁੰਦੀ ਹੈ, ਜਿਹੜੀ ਵੈਕੈਂਸੀਜ਼ ਇਸ ਟਾਈਮ ਆਊਟ ਹੋਈਆਂ ਹੋਈਆਂ ਆ, ਠੀਕ ਹੈ। ਬੋਇਜ਼ ਐਂਡ ਗਰਲਸ ਦੋਨੋਂ ਹੀ ਇਲੀਜੀਬਲ ਆ, ਦੋਨੋਂ ਅਪਲਾਈ ਕਰ ਸਕਦੇ ਆ। ਅਦਰ ਡਿਟੇਲ ਇਹ ਹਰੇ ਅਪਡੇਟ ਕਰੂੰਗੀ ਆਪਣੀ ਔਫੀਸ਼ੀਅਲ ਸਾਈਟ 'ਤੇ। ਪੰਜਾਬ ਵਾਟਰ ਸਪਲਾਈ ਵੱਲੋਂ ਇਹ ਭਰਤੀ ਆਈ ਹੋਈ ਹੈ, ਜਿੱਦਾਂ ਹੀ ਔਫੀਸ਼ੀਅਲ ਸਾਈਟ 'ਤੇ ਅਪਡੇਟ ਕਰਦੇ ਤੁਸੀਂ ਚੈੱਕ ਕਰਦੇ ਰਹੀਓ, ਤਾਂ ਜੇ ਤੁਸੀਂ ਇਲੀਜੀਬਲ ਹੋਵੋਗੇ ਅਪਲਾਈ ਵੀ ਜ਼ਰੂਰ ਕਰਿਓ, ਠੀਕ ਹੈ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ। ਧੰਨਵਾਦ।